Partition of Jammu Kashmir, 1947. Assalamu alaikum ji. Wa alaikum assalam. Kya hal chal hai? Theek thaak hum shukr hai Allah da. Aaj nazreen janab assa maujood hai apne dada nal te purani history purani gallan nishay to assa aaye sa dada saade us time jak bille to Rajpur kabila Rajpur kabila to oye history puchhanga saare te chalo shuru karne ha te dada se dasso je bachpan sa kinj guzre Rajpur kabile ch Rajpur kabile assi ਜਗੀਰਦਾਰ ਸਾਂ ਅਸੀਂ ਜ਼ਿਆਦਾ ਕੋਲ ਇੰਡੀਆ ਕੋਈ ਨਾ ਛੱਡਣ ਆਏ ਆਪਣੇ ਮਹਾਰਾਜਾ ਹਰੀ ਸਿੰਘ ਅੱਛਾ ਕੋਈ ਕਿਸੇ ਨੇ ਆਉਣਾ ਸੀ ਅਸੀਂ ਰਿਸ਼ਤੇਦਾਰ ਅੱਛਾ ਉਹ ਅਸਾਂ ਕੋਲ ਜਿਹੜਾ ਨਾ ਮਾਰੀਆ ਸ਼ਹਿਰੀਆ ਦੁਆ ਦੀ ਜਿਹੜਾ ਅਸਾਂ ਨੇ ਸੱਦ ਲੈਣੇ ਕੋਲ ਸਾਮੀਆਂ ਕੋਲ ਲੈ ਲੈਣੇ ਸਾਂ ਅਸੀਂ ਸਾਮੀਆਂ ਕੋਲ ਲੈਣੇ ਸਾਂ ਜਿਹੜੇ ਸਾਡੇ ਬਤੈਤ ਸਨ ਤਾਂ ਜਿਹਨਾਂ ਕੋਲ ਜ਼ਮੀਨਾਂ ਗੈਰ ਮੂਲ ਸੀ ਸਨ ਉਹ ਅਸਾਂ ਉਹਨਾਂ ਕੋਲ ਲੈਣੇ ਸਨ ਸ਼ੁਰੂ ਤੋਂ ਰਾਜਪੁਰ ਕਮੀਲੇ ਰਹਿਣਾ ਸਾਂ ਉੱਥੇ ਮੂਵ ਹੋਏ ਸਾਂ ਸ਼ੁਰੂ ਤੋਂ ਸਾਡੇ ਥੋੜ੍ਹੇ ਬਟਕੇ ਜਿਹੜੇ ਰਾਜਪੁਰ ਕਮੀਲਾ ਦੇ ਅੱਛਾ ਰਾਜਪੁਰ ਯਾਨੀ ਉੱਪਰ ਕਮੀਲਾ ਕਮੀਲਾ ਉੱਪਰ ਹੈ ਅੱਛਾ ਉੱਚੀ ਜਗ੍ਹਾ ਜਾ ਗਿਆ ਕਮੀਲਾ ਆਉਣਾ ਉੱਥੇ ਗੱਠੇ ਦੇ ਅੱਛਾ ਉਸ ਤੋਂ ਬਾਅਦ ਫਿਰ ਆਪਣੇ ਆਪਣੇ ਬਾਹਰ ਜ਼ਮੀਨਾਂ 'ਤੇ ਟੰਟੂ ਲੈ ਜ਼ਮੀਨਾਂ 'ਤੇ ਚੱਲੇ ਆਏ ਆ ਅੱਛਾ ਫਿਰ ਜ਼ਮੀਨਾਂ ਜਿਹੜੀਆਂ ਮਿਲੀਆਂ ਸਨ ਉਹਨਾਂ ਵੀ ਆਬਾਦ ਸ਼ੁਰੂ ਕੀਤਾ ਸਾਰਿਆਂ ਨੇ ਜਿਹੜੇ ਉੱਥੇ ਉੱਪਰ ਰਹਿਣੇ ਸਿਰ ਸ਼ਫੀ ਔਰ ਕੋਟਿਆ ਦੇ ਦੁਆ ਤੀਆ ਜਮੂ ਸੇ ਉੱਥੇ ਉੱਪਰ ਹੀ ਰੇਲ ਕਿਉਂਕਿ ਇਹਨਾਂ ਨੇ ਉੱਥੇ ਉੱਪਰ ਹੀ ਮਕਾਨ ਜ਼ਮੀਨ ਨੀਚਾ ਕੋਈ ਨਾ ਸੀ ਕਮੀਲਾ ਉੱਪਰ ਸੀ ਹਾਂ ਰਾਜਪੁਰ ਬੁਣ ਸੀ ਵਿੱਚ ਯੂਨੀਵਰਸਿਟੀ ਦਾ ਤਿੰਨ ਚਾਰ ਮੀਲਾਂ ਦਾ ਫਰਕ ਸੀ ਅੱਛਾ ਇਹ ਉੱਚੀ ਜਗ੍ਹਾ ਸਨ ਪਰੇ ਅੱਛਾ ਅਸਾਂ ਰਾਜਪੁਰ ਢਾਦਾ ਸਾਂ ਆਪਣੀ ਜਗ੍ਹਾ ਬਦਾਣਾ ਜ਼ਮੀਨਾਂ 'ਚ ਅੱਛਾ ਜ਼ਮੀਨਾਂ 'ਚ ਢਾਦਾ ਇਸ ਹੁੰਦਾ ਇਹ ਫਿਰ ਬਾਅਦ ਵਿਚਾਰ ਨੌਸ਼ਹਿਰਾ ਕਿੰਨੀ ਦੂਰ ਸੀ ਸਾਡੇ ਕੋਲ ਨੌਸ਼ਹਿਰਾ ਸਿਰਫ ਚਾਰ ਮੀਲ ਚਾਰ ਪੰਜ ਮੀਲ ਸੀ ਉਹਲਾ ਸ਼ਹਿਰ ਸੀ ਗ੍ਰਾਂ ਸੀ ਨੌਸ਼ਹਿਰਾ ਕਿਹਾ ਸੀ ਉਸ ਟਾਈਮ ਸੰਤਾਲੀ ਤੋਂ ਪਹਿਲੇ ਉਸ ਇੱਕ ਕਿਸਮ ਡਾਕਖਾਨਾ ਹੀ ਸੀ ਡਾਕਖਾਨਾ ਔਰ ਬਸ ਪੈਨਸ਼ਨ ਵਗੈਰਾ ਉੱਥੋਂ ਲੈਂਦੇ ਸਨ ਅੱਛਾ ਪਾਲੀ ਪੱਖੀ ਨਾਲ ਹੀ ਰਾਜਲ ਸੀ ਵਿੱਚ ਤਵੀ ਨਾ ਬਕਵਾਸ ਅੱਛਾ ਤਵੀ ਨਾ ਬਕਵਾਸ ਤਵੀ ਨਾ ਬਕਵਾਸ ਸੀ ਰਾਰ ਜਿਹੜਾ ਨਸ਼ਹਿਰਾ ਸੀ ਬਾਹਰ ਜਿਹੜਾ ਉਹ ਰਾਜਲ ਸੀ ਪਾਦਸ਼ਾਹ ਬਾਬਾ ਸ਼ਾਦੀ ਸ਼ਹੀਦ ਹੋਰਨ ਇੱਥੇ ਪਾਰ ਉਸ ਆਉਂਦੇ ਸੀ ਨਸ਼ਹਿਰਾ ਤੋਂ ਜਾਂ ਪੈਦਲ ਆਉਂਦੇ ਸੀ ਅਸਾਂ ਉੱਥੋਂ ਪੈਦਲ ਹੀ ਜ਼ਿਆਦਾਤਰ ਆਉਂਦੇ ਸਨ ਅੱਛਾ ਜ਼ਿਆਦਾਤਰ ਪੈਦਲ ਹੀ ਇੱਕ ਦੋ ਵਾਰੀ ਅਸੀਂ ਗੱਡੀਆਂ ਪਰ ਵੀ ਆਏ ਹਾਂ ਜਿਹੜਾ ਬਾਹਰ ਵਿੱਚ ਅੱਛਾ ਗੱਡੀਆਂ ਰਿਵਾਏ ਹਾਂ ਕਲਾਲਾਂ ਦੀ ਗੁੱਛੀ ਹੋਣੀ ਸੀ ਅੱਛਾ ਗੁੱਛੀ ਸੀ ਗੁੱਛੀ ਖਾਣ ਦੇ ਰਸਤਾ ਕਿੱਥੋਂ ਲੰਘਾ ਆਉਣਾ ਸੀ ਨਸ਼ਹਿਰਾ ਵਿੱਚੋਂ ਵਿੱਚ ਆਉਂਦੇ ਸੋ ਸਾਡਾ ਨਸ਼ਹਿਰਾ ਤਾਂ ਵਿੱਚ ਦਾ ਸੀ ਨਾ ਅਸੀਂ ਉੱਥੋਂ ਆਮਨੇ ਸਾਂ ਸਖਾਣਾ ਖਾਲਾ ਅੱਛਾ ਰਾਜਪੁਰ ਸਖਾਲਾ ਖਾਲਾ ਢਾਲ ਗਿਆ ਬੁਣ ਤਾਂ ਅੱਗੇ ਆਉਣਾ ਸੀ ਦੂਆ ਪਿੰਡ ਰਾਜਪੁਰ ਕਿੰਨੀ ਕਲਾਸਾਂ ਤੱਕ ਪੜ੍ਹੇ ਸੀ ਉੱਥੇ ਪੰਜ ਦਿਨ ਉੱਥੇ ਪੜ੍ਹੇ ਸੋ ਉਸ ਟਾਈਮ ਅੱਛਾ ਰਜੌੜੀ ਕਿੰਨੀ ਦੂਰ ਸੀ ਸਾਡੇ ਕੋਲ ਰਜੌੜੀ ਜਿਹੜਾ ਸੀ ਰਜੌੜੀ ਹੈ ਨਾ ਜਿਹੜਾ ਇਹ ਤਕਰੀਬਨ 10 ਮੀਲ ਦੂਰ ਹੈ 10 ਮੀਲ ਜਿਹੜੇ ਉਸਤਾਦ ਸਨ ਹਿੰਦੂ ਉਸਤਾਦ ਸਨ ਉਸ ਨੇ ਉਸਤਾਦ ਜਿਹੜੇ ਪੜ੍ਹਾਉਣੇ ਸਨ ਉਸ ਨੇ ਉਹ ਹਿੰਦੂ ਗਿਆਨ ਚੰਦ ਸੀ ਗਿਆਨ ਚੰਦ ਗਿਆਨ ਚੰਦ ਜੰਮੂ ਨਸੀ ਮਹਿਲ ਜੰਮੂ ਤੋਂ ਦੂਰ ਨਸੀ ਉਹਦੇ ਕੋਲ ਅੱਛਾ ਜਨਾਨੀ ਬੜਾ ਮਾਰਨਾ ਸੀ ਇੰਨਾ ਸੋਹਣਾ ਸੀ ਜਨਾਨੀ ਦੌੜਨੀ ਸੀ ਅੱਗੇ ਅੱਛਾ ਪਿੱਛੇ ਗਿਆਨ ਚੰਦ ਨਾਂ ਸੀ ਗਿਆਨ ਚੰਦ ਤੇ ਸਕੂਲਾਂ ਦਾ ਘਰ ਆਇਆ ਸੀ ਸਾ ਸਕੂਲ ਸੀ ਜਿਹੜਾ ਤੂੰ ਹੈ ਯਾਦ ਇਹ ਪ੍ਰਾਇਮਰੀ ਸਕੂਲ ਪ੍ਰਾਇਮਰੀ ਸਕੂਲ ਸੀ ਰਾਜਪੁਰ ਕੀ ਮੇਰਾ ਪ੍ਰਾਇਮਰੀ ਸਕੂਲ ਅੱਛਾ ਤੇ ਜਿਹੜਾ ਉਸ ਟਾਈਮ
ਰਾਜਾ ਕਹਿ ਨਾਂ ਦੱਸ ਰਾਜਾ ਜਿਹੜਾ ਉਹਨਾਂ ਸਾਡੇ ਕੋਲ ਹਰੀ ਸਿੰਘ ਹਰੀ ਸਿੰਘ ਮਹਾਰਾਜਾ ਹਰੀ ਸਿੰਘ ਨਿਕੂ ਮਸੀ ਉਸ ਟਾਈਮ ਤਾਂ ਉਹ ਉੱਥੇ ਸਾਡਾ ਰਿਸ਼ਤੇਦਾਰ ਹੀ ਆਪਣੇ ਸਰ ਅਸੀਂ ਰਿਸ਼ਤੇਦਾਰ ਆਖਣਾ ਸੀ ਹਾਂ ਰਿਸ਼ਤੇਦਾਰ ਸਮਝਣਾ ਸੀ ਅੱਛਾ ਰਿਸ਼ਤੇਦਾਰ ਸਮਝਣਾ ਸੀ ਹਾਂ ਤੁਸੀਂ ਰਾਜੇ ਜਿਹੜੇ ਅਸੀਂ ਰਿਸ਼ਤੇਦਾਰ ਅੱਛਾ ਅੱਛਾ ਤਾਂ ਤਾਂ ਇੱਜ਼ਤ ਕਰਨਾ ਸੀ ਹਾਂ ਵੱਡੀ ਜਗੀਰ ਸੀ ਜਿਹੜਾ ਜਗੀਰਦਾਰ ਸੀ ਅਸਾਂ ਜਗੀਰਦਾਰ ਸਾਂ ਅੱਛਾ ਲੈਣ ਜਾਣ ਜਿਹੜਾ ਪੈਸੇ ਸ਼ੈਸੇ ਦੇਣਾ ਦੇਣਾ ਜਿਹੜਾ ਜ਼ਮੀਨਾਂ 'ਚ ਇੱਡਾ ਸੀ ਹੋਣਾ ਅੱਛਾ ਅਤੇ ਅਸਾਂ ਫੈਮਲੀਆਂ ਕੋਲ ਆਪ ਨੂੰ ਲੈਣੇ ਅੱਛਾ ਸਾਡੀਆਂ ਜ਼ਮੀਨਾਂ 'ਚ ਸਾਡੀ 1300 ਗੁਨਾ ਜ਼ਮੀਨ ਸੀ ਅੱਛਾ ਉਹਨਾਂ 'ਚ ਸਾਮੀਆਂ ਵੀ ਆ ਸਨ ਸਾਮੀਆਂ ਉਹਨਾਂ ਹੀ ਆਉਣੇ ਸਨ ਜਿਹੜੇ ਜਿਹੜੀਆਂ ਜਿਹਦੇ ਕੋਲ ਮਤੈ ਜ਼ਮੀਨਾਂ ਹੋਣੀਆਂ ਸਨ ਸਾਡੀਆਂ ਅੱਛਾ ਗੈਰ ਮਰੂਸੀ ਹੋਣੀ ਸਨ ਅੱਛਾ ਉਹ ਫਿਰ ਉਹਨਾਂ ਕੋਲ ਅਸੀਂ ਲੈਣੇ ਸਾਂ ਘਰ ਜਗ੍ਹਾ ਪੈਸੇ ਵੀ ਅੱਛਾ ਜਾਂ ਘਰ ਵੀ ਉਹਨਾਂ ਦੇ ਦੇਸ਼ ਹੋਣੇ ਸਨ ਕੋਟਿਆਂ 'ਚ ਵੀ ਸਾਡੀਆਂ ਜ਼ਮੀਨਾਂ ਸੀ ਤਾਂ ਸ਼ਫੀ ਹੋ ਰਹਿਣੇ ਸਨ ਉੱਥੇ ਹੀ ਰਹਿਣੇ ਕੋਟਿਆਂ ਪਰ ਰਹਿਣੇ ਸਨ ਅਤੇ ਉੱਥੇ ਨੱਠੇ ਅੱਛਾ ਕੋਟਿਆਂ ਨੂੰ ਹਾਂ ਕੋਟਿਆਂ ਅਤੇ ਉੱਥੇ ਨੱਠੇ ਹੀ ਉਹਨੂੰ ਸਰ ਅਤੇ ਉਸ ਟਾਈਮ ਸਾਡੇ ਕਿਹੜੇ ਕਿਹੜੇ ਸ਼ਿਦਾਰ ਸਾਡੇ ਕੋਲ ਹੋਣੇ ਸਨ ਉਸ ਟਾਈਮ ਜਿਹੜੇ ਸਾਡੇ ਹੁਣ ਜੇਲਮ ਵਗੈਰਾ ਵੀ ਹੈ ਨਾ ਕੋਈ ਕੁੰਤਰੀ ਲੈਣ ਕੋਲ ਫੋਲ ਹੀ ਸਨ ਉਹ ਸਾਰੇ ਕੋਲ ਨਹੀਂ ਸਨ ਕੰਟੀਨੀਅਰ ਦੇ ਜ਼ਿਆਦਾਤਰ ਭੈੜਾ ਜਗ੍ਹਾ ਨਾ ਸਨ ਰਹਿਣੇ ਭੈੜਾ ਭੈੜਾ ਅੱਛਾ ਭੈੜੇ ਰਹਿਣੇ ਸਨ ਅਸਾਂ ਅੱਗੇ ਕੰਢੀ ਹੋ ਗਏ ਦੱਖਣਾ ਦੀ ਬਖੀ ਆਵਾਂ ਫਿਰ ਕੰਢੀ ਆਖਣੀ ਅਸੀਂ ਅਸਾਂ ਨੇ ਜਗ੍ਹਾ ਕੰਢੀ ਨਹੀਂ ਕੰਢੀ ਆਖਣੀ ਕੰਢੀ ਤਾਂ ਪੈੜਾ ਰਹਿਣੇ ਸਨ ਜਿਹੜੇ ਸਨ ਆਪਣੇ ਸਿਆਜ਼ ਹੋਰ ਤੇ ਸਾਰੇ ਨਾ ਜਿਹੜੇ ਸਿਆਜ਼ ਸਿਆਜ਼ ਹੋਰ ਇੱਥੇ ਰਹਿਣੇ ਪੈੜਾ ਰਹਿਣੇ ਸਨ ਦੌਲਤ ਖਾਨ ਨੰਦਪੂਰਨ ਨਾਲ ਦੌਲਤ ਖਾਨ ਇਹ ਪੈੜਾ ਰਹਿਣੇ ਸਨ ਅੱਛਾ ਤੇ ਇਹ ਜਿਹੜੇ ਸਾਧਕ ਦੁਆ ਪੀ ਬੁਨੇ ਗੋਲਿਆ ਰਹਿਣੇ ਸੀ ਸਾਡਾ ਕੋਈ ਨਹੀਂ ਬੁਨ ਗੋਲਾ ਸੀ ਬੁਨਾ ਗੋਲਾ ਉੱਥੇ ਰਹਿਣੇ ਸਨ ਮਹਾਰਾਜਾ ਔਰ ਵੀ ਇੱਥੇ ਰਹਿਣੇ ਸਨ ਉਹ ਵੀ ਕੰਢੀ ਲੈ ਰਹੇ ਨੇ ਬੁਨਾ ਕੋੜਾ ਪੈੜਾ ਬੁਨਾ ਅੱਛਾ ਬੁਨਾ ਗੋੜਾ ਬੁਨਾ ਗੋੜਾ ਰਹਿਣੇ ਸਨ ਉਹ ਵੀ ਤਾਂ ਸਾਧਕ ਔਰ ਹੀ ਉੱਥੇ ਰਹਿਣੇ ਸਨ ਸਾਧਕ ਸਾਰੇ ਉੱਥੇ ਰਹਿਣੇ ਸਨ ਅਸਾਂ ਜਿਹੜੇ ਉਹਨਾਂ ਜ਼ਮੀਨ ਸਾਹਿਬ ਬੰਨ ਰਹੀ ਸਨ ਉਹਨਾਂ ਬੰਨੇ ਵੀ ਜਿਹੜੇ ਬਹਾਦਰ ਸਾਹਿਬ ਨੇ ਉਹਨਾਂ ਹੀ ਦੇ ਛੋੜੀ ਸੀ ਉਪਣੀਆਂ ਜ਼ਮੀਨਾਂ ਜਿਹੜੀਆਂ ਆਪ ਅੱਛਾ ਉੱਪਰ ਜ਼ਮੀਨਾਂ ਸਾਹਿਬ ਪੈ ਰੱਖੀਆਂ ਸਨ ਅਤੇ ਉਹਦਾ ਸੋਝ ਲੈ ਜਿਲ੍ਹਾ ਜੰਗ ਛਿੜੀ ਸੀ 47 ਕੋ ਮਸਲਾ ਹੋਇਆ ਸੀ ਕਿੰਝ ਸ਼ੁਰੂ ਹੋਇਆ ਸੀ ਕਿਆ ਕੁਛ ਹੋਇਆ ਸੀ ਉਹਨਾਂ ਬਸ ਉਹ ਕਫਾਲ ਜਿਹੜੇ ਦੋ ਬੰਦੇ ਮਾਰਨਾ ਪਏ ਸਨ ਅੱਛਾ ਉਸ ਟਾਈਮ ਕਿਤਨੀ ਮਹਿਸੂਸ ਸਨ ਜਿਲ੍ਹਾ ਲੜਾਈ ਸ਼ੁਰੂ ਹੋਈ ਸੀ ਉਹ ਅੱਛਾ ਚਲੋ 1500 ਜਿਹੜਾ ਆਇਆ ਕਿੰਝ ਪਤਾ ਲੱਗਿਆ ਸੀ ਜੰਗ ਛਿੜ ਗਈ ਹੈ ਉਹ ਜੰਗ ਦੇ ਅੱਗੇ ਵਾਮ ਵੀ ਨਸਲ ਮਾਰ ਹਿੰਦੂ ਹਿੰਦੂ ਮਾਰਨ ਲੱਗ ਪਏ ਸੀ ਫਿਰ ਆਪਾਂ ਨਸਲਾਂ ਵੀ ਆ ਗਿਆ ਸਾਰੀ ਹੋਰ ਕਿਆ ਸਾਰੇ ਅਸਲ ਦਾ ਲੋਕ ਹੱਥ ਨੂੰ ਥੜੀਆਂ ਸਨ ਅੱਛਾ ਉਹ ਘੁੰਮਦੇ ਨਹੀਂ ਤਾਂ ਫਿਰ ਮਾਰਦੇ ਗਏ ਸਨ ਅੱਛਾ ਭਗਵਾਨ ਜਦੋਂ ਹਿੰਦੂ ਤਾਂ ਉਹ ਫਿਰ ਸਾਨੂੰ ਨਸਲ ਮੈਂ ਪਈਆਂ ਘਰਾਂ 'ਚ ਨਸ ਨਸ ਕਰਦਾ ਸਿੱਧੇ ਤੀਰ ਬਾਵੇ ਸ਼ਾਦੀ ਸ਼ਦੂ ਢੱਟ ਗਿਆ ਵੈ ਚੱਕ ਜਮਾਤ ਪੀਰ ਜਮਾ ਮੀਰਪੁਰ ਆਏ ਸਨ ਮੀਰਪੁਰ ਪਹਿਲੇ ਮੀਰਪੁਰ ਫਿਰ ਚੱਕ ਜਮਾਤ ਆਇਆ ਉੱਥੇ ਕੈਂਪ ਲੱਗਾ ਸੀ ਮਾਜਰਾ ਨੂੰ ਅੱਛਾ ਉੱਥੇ ਤਾਂ ਅਸੀਂ ਦਸ ਇੰਟਰੈਲ ਛੱਡ ਕੇ ਮਿਲਣਾ ਰਿਹਾ ਤਾਂ ਰਹੇ ਹਾਂ ਫਿਰ ਮੈਂ ਅਸੀਂ ਇੱਧਰ ਭੇਜ ਛੋੜਿਆ ਬਟਾਲਾ ਬਟਾਲਾ ਭੇਜਿਆ ਤਾਂ ਕੋਈ ਇੱਧਰ ਆ ਗਏ ਸਨ ਕੁੰਡੀਆਂ ਛੁੰਡੀਆਂ ਅੱਜ ਪੱਖੀ ਜਗ੍ਹਾ ਕੈਂਪ ਪੈਦਲ ਖਾਲੀ ਹੋ ਗਿਆ ਸਰ ਐਸਾ ਅੱਛਾ ਦੱਸੋ ਜਿਲ੍ਹਾ ਉੱਥੋਂ ਨਸੇ ਮਾਲ ਡੰਗਰ ਸਨ ਐਸੀ ਸੰਗ ਜਿਲ੍ਹਾ ਸੰਗ ਮਾਲ ਸ਼ਾਲ ਸਭ ਕੁਝ ਐਸੀ ਡਿੱਗਣਾ ਸਨ ਕੱਪਾ ਗੱਲ ਹੋ ਜਾਏਗਾ ਨਾ ਨਾ ਸੀ ਨਸ ਕੇ ਆਏ ਸਨ ਪੈਂਦੇ ਕੱਪੇ ਗੱਲ ਕੱਪਾ ਗੱਲ ਕੱਪਾ ਗੱਲ ਆਹ ਬਨਾਰ 'ਚ ਆਉਣਾ ਹੈਗਾ ਬਨਾਰ 'ਚ ਬਨਾਰ 'ਚ ਉਹ ਸਾਰੇ ਘਰਾਂ ਕੋਲ ਸੀ ਨਾ ਬਨਾਰ ਥੋੜ੍ਹਾ ਪਿੱਛੇ ਜਾਂਦੇ ਸੀ ਅੱਛਾ ਤਾਂ ਉੱਥੋਂ ਉੱਥੇ ਵੀ ਉਸ ਮਾਲ ਵਾਪਸ ਹੋ ਗਏ ਮਾਲ 'ਚ ਡੰਗਰ ਸਾਰਾ ਮਾਲ 'ਚ ਡੰਗਰ ਪਿੱਛਾ ਕਿਤੇ ਵਾਪਸ ਕਰੇ ਉੱਥੇ ਆਉਂਦੇ ਸੀ ਕੱਪੇ ਗੱਲ ਥੋੜ੍ਹੀ ਅੱਛਾ ਫਿਰ ਅਸਾਂ ਆਪੋ ਜੇ ਦਸੀ ਆ ਗਿਆ ਤਾਂ ਕਿਸੇ ਕੰਮ ਤੇ ਮੈਂ ਪੁੱਛ ਜਿਲ੍ਹਾ ਇੱਥੋਂ ਵਾਲਾ ਸਾਹਿਬ ਸਨ ਉਹ ਨਾਲ ਹੀ ਸਨ ਸਨ ਜਿਲ੍ਹਾ ਇੱਥੋਂ ਆਏ ਸੋ ਨਾਲ ਸਾਹਿਬ ਚੋਂ ਕਰਾਂਦਾ ਸੀ ਸਿਰੇ ਪਰ ਦੱਸਣੇ ਸਨ ਸਾਡੇ ਲਈ ਮੁੰਡੇ ਮੁੰਡੇ ਪਿਆ ਥਾ ਅੱਛਾ ਮੁੰਡੇ ਦੇ ਨਹੀਂ ਇੱਕ ਮੰਜੀ ਸਨ ਉਹ ਚੰਗਾ ਮੰਜੀ ਸੀ ਮੰਜੀ ਵੀ ਨਾਲ ਸੀ ਮੰਜੀ ਰਹਿਮੂ ਸਾਹਿਬ ਨੌਕਰ ਸੀ ਅੱਛਾ ਇੱਕ ਪਾਸ ਹੋ ਚੁੱਕਾ ਸੀ ਪਾਉਂਦੀ ਆਦੀ ਬੱਖੀ ਬਹਿ ਚੁੱਕੇ ਅੱਛਾ ਉਹ ਫਿਰ ਅਸਾਂ ਬਣਾ ਖੜੇ ਸਨ ਅੱਛਾ ਜਿਹੜਾ ਆ ਜਾ ਦਾਦ ਹੈ ਕਿੱਥੋਂ ਫਿਰ ਅਸੀਂ ਗਏ ਸਨ ਮੀਰਪੁਰ ਮੀਰਪੁਰ ਗਏ ਮੀਰਪੁਰ ਇੱਕ ਬੰਦਾ ਸਾਡਾ ਸੀ ਨੌਕਰੀ ਸੀ ਉਸ ਵੀ ਨਾਲ ਚੁੱਕਿਆ ਚੁੱਕਿਆ ਪਿੱਛੋਂ ਮੈਂ ਚੁੱਕ ਲੈਣਾ ਮੰਜੀ ਚੁੱਕ ਕੇ ਉੱਥੋਂ ਇੰਡੀਆ ਤੋਂ ਪਾਰੋਂ ਜੰਮੂ ਤੋਂ ਆਉਂਦੀ ਸੀ ਜੰਮੂ ਤੋਂ ਇੱਧਰ ਕਸ਼ਮੀਰ ਤੋਂ ਉਹ ਫਿਰ ਅਸਾਂ ਮੰਜੀ ਚੁੱਕਾ ਆਉਂਦੀ ਫਿਰ ਉਹਨੇ ਅਸਾਂ ਬਿਠਾ ਕੇ ਖੜਿਆ ਚੱਕ ਜਮਾਨ ਚੱਚ ਮਾਲ ਚੱਕ ਜਮਾਲ ਫਿਰ ਉਹਦੇ ਸਾਰਾ ਚੱਕ ਮਾਲ ਫਿਰ ਮੰਨਦੇ ਮੈਂ ਉਹਨਾਂ ਦਾ ਲੀ ਲਿਆ
ਜ਼ਿਆਦਾ ਮਾਰ ਜ਼ਿਆਦਾ ਮੰਨਦੇ ਹੋ ਗਏ, ਫਿਰ ਰਾਵਲ ਪਿੰਡੀ ਖੜ੍ਹੇ, ਫਿਰ ਰਾਵਲ ਪਿੰਡੀ ਤੋਂ ਫਿਰ ਉਹਨਾਂ ਉਹਨਾਂ ਨਾਲ ਰਾਜਗੜ ਛੋੜਿਆ। ਅੱਛਾ, ਭਾਰਤ ਸਾਹਿਬ ਇੰਨਾ ਰਾਜਗੜ ਛੋੜਿਆ, ਫਿਰ ਘਰ ਆ ਗਏ, ਘਰ ਮੈਂ ਵੀ ਨਾਲ ਲਾ ਦੇ ਉੱਥੇ ਪੜਦਾਦੇ ਰਹਿਣਾ ਨਾਂ ਕਿਆ ਸੀ? ਮੁਨਸ਼ੀ ਖਾਨ। ਮੁਨਸ਼ੀ ਖਾਨ, ਅੱਛਾ, ਮੁਨਸ਼ੀ ਖਾਨ ਵੱਲ ਅਲੀ ਅਕਬਰ ਖਾਨ। ਜੰਗ ਜਿਹੜਾ ਛਿੜੀ ਸੀ ਲੈ ਕੇ ਥੋੜਾ ਕੁਛ ਦਾਰ ਵਰਿਆ ਵੀ ਹੈ ਸੀ ਉੱਥੇ, ਕੋਈ ਨੁਕਸਾਨ ਸਾਡਾ ਹੋਇਆ ਸੀ? ਕੋਈ ਨਹੀਂ, ਕੋਈ ਨੀ, ਸਾਰੇ ਨਸ ਆਏ ਸਨ। ਅੱਛਾ, ਥੋੜਾ ਜਿਹਾ ਦੂਰ ਥੋੜਾ ਕੁਛ। ਅੱਛਾ, ਉੱਥੋਂ ਨਸ ਕੇ ਪੁਖਰ ਨੀ ਆਇਆ? ਪੁਖਰ ਨੀ, ਪੁਖਰੀ ਥੋੜੀ ਪੈਂਚਰ ਪਹੁੰਚਣ, ਅੱਗੋਂ ਸਰਿਆ ਚੱਲਿਆ, ਫਿਰ ਗਿਆ ਪੈਂਚ, ਕਾਫਲਾ ਗਿਆ ਚਲੇ ਅੱਗੇ ਆ ਕੇ ਮਾਰਨ ਤੋਂ, ਅੱਗੇ ਦੂਰ ਬਾਰੀ ਕੋਲ ਫਿਰ ਗਿਆ ਸਰਕਲ ਸਰ। ਅੱਛਾ, ਫਿਰ ਅਸਾਂ ਉਹਦੇ ਕੋਲ ਜਿੱਥੇ ਉਹ ਨਸ ਜਿੱਥੇ ਤੁਹਾਡ ਗਏ ਸੀ, ਉਸ ਅੱਗੋਂ ਫਿਰ ਡਿੱਗਣ ਗਿਆ ਤਾਂ ਕਰਾਸ ਕਰ ਗਿਆ ਆ ਗਏ। ਦਾਦੇ ਨੇ ਕਿਹਾ ਹੋਇਆ ਸੀ, ਮਤਲਬ ਕਿਆ ਮਸਲਾ ਹੋਇਆ ਸੀ, ਕਿਉਂ ਇੰਜੋਏ ਸਰ? ਬਸ ਬਿਮਾਰੀ ਪਈ ਸੀ ਤੇ ਡੁੱਡੇ ਹੋ ਗਏ ਸੀ। ਅੱਛਾ, ਲੁੱਲੇ ਹੋ ਗਏ, ਲੁੱਲੇ ਹੋ ਗਏ, ਬਿਮਾਰੀ ਪੈ ਗਈ ਸੀ, ਗੁੱਲੇ ਹੋਏ ਆ ਵੀ ਬਾਦ ਉੱਚਾ ਪਾਦੇ ਵਾਸਤੇ ਉਹ ਲੋਰ ਦਾ ਟੰਗਾ ਬਣੇ ਸੁਣ, ਲੋਰ ਲੋਰ ਟੰਗਾ ਬਣੇ ਸੁਣ, ਬਾਦ ਉੱਚਾ ਸੋਹਣਾ ਲੱਗਿਆ ਭੈਣਾ, ਤਰ ਜਾ ਤੂੰ ਤੇ ਮਿਲੇ ਅੱਜ ਸੱਤੇ ਸੇ ਬਾਗਲ ਚਾਂਦੀਆਂ ਨੇ, ਚਾਂਦੀਆਂ ਨੇ ਪੈਸੇ ਬਣਾ ਕੇ ਲੈ ਆਉਣੇ ਸੀ, ਇੱਥੇ ਖਾਰਾ ਵੀ ਦੋ ਤਿੰਨ ਮਿੰਟ ਦੇ ਫਿਰ ਚੱਲੇ ਜਾਓ। ਆਹੋ, ਟੰਗਾ ਇੰਗਲਿਸ਼ ਵੀ ਬੋਲਣੇ ਸੀ ਦੱਸਿਆ ਤੁਸਾਂ ਪਹਿਲਾਂ? ਚਲੋ ਠੀਕ ਹੈ ਨਾਜ਼ਰੀਨ, ਪਾਰਟ 1 ਇੱਥੇ ਖਤਮ ਕਰ ਲਏ ਆ, ਕਹਿਣ ਬਾਕੀ ਜਿਹੜੀ ਵੀਡੀਓ ਫਿਰ ਅੱਗੇ ਅਸੀਂ ਦੱਸਣੇ ਇਨਸ਼ਾਅੱਲਾ ਪਾਰਟ 2 ਚ। ਅਸੀਂ ਦੋ ਜਾਇਦ, ਅੱਲਾ ਹਾਫਿਜ਼, ਸਲਾਮ ਅਲੈਕੁਮ।